ਜਦੋਂ ਤੁਹਾਡਾ ਟ੍ਰੇਲਰ ਲੈਫਟ ਵਾਲੀ ਕੋਨ ਦੇ ਉੱਪਰ ਆ ਜਾਂਦਾ ਤਾਂ ਇੱਥੇ ਰਾਈਟ ਨੂੰ ਪੁੱਲ ਨਾ ਲਓ, ਟਾਇਰ ਸਿੱਧੇ ਕਰਕੇ ਪੁੱਲ ਲਓ, ਫਿਰ ਫੁੱਲ ਲੈਫਟ ਕਰਕੇ ਬੈਕ ਆਉਣਾ, ਰਾਈਟ ਨਹੀਂ ਫੁੱਲ ਲੈਫਟ, ਫੁੱਲ ਲੈਫਟ ਕਰਕੇ ਉਨਾ ਟਾਈਮ ਬੈਕ ਆਉਣਾ ਜਿੰਨਾ ਚਿਰ ਤੁਹਾਡਾ ਟਾਇਰ ਗ੍ਰੀਨ ਕੋਨ ਤੋਂ ਸੇਫ ਨਹੀਂ ਹੁੰਦਾ। ਜਿਵੇਂ ਤੁਹਾਡਾ ਗ੍ਰੀਨ ਤੋਂ ਕੋਨ ਤੋਂ ਟਾਇਰ ਸੇਫ ਹੋਇਆ, ਫਿਰ ਨਾਲ ਦੀ ਨਾਲ ਤੁਹਾਨੂੰ ਇੱਥੇ ਐਂਗਲ ਬਣਾਉਣਾ ਪੈਣਾ। ਹਾਂ, ਰਾਈਟ ਕਰਕੇ ਐਂਗਲ ਦੇ, ਹੁਣ ਜਦੋਂ ਟ੍ਰੇਲਰ ਪੈਰਲਰ ਹੋਣਾ ਸ਼ੁਰੂ ਹੋ ਗਿਆ ਅਤੇ ਨਾਲ ਦੀ ਨਾਲ ਫਿਰ ਫੁੱਲ ਲੈਫਟ ਕਰਨਾ ਪੈਣਾ। ਅਤੇ ਲੈਫਟ ਕੋਨ 'ਤੇ ਆਏ ਤੋਂ ਰਾਈਟ ਨੂੰ ਪੁੱਲ ਕਦੇ ਵੀ ਨਹੀਂ ਲੈਣਾ। ਜਦੋਂ ਪੈਰਲਰ ਹੋ ਗਿਆ ਹੁਣ ਰੋਕ ਕੇ ਹੁਣ ਫੁੱਲ ਰਾਈਟ ਕਰਕੇ ਪੁੱਲ ਲੈ ਸਕਦੇ ਹਾਂ ਜਦੋਂ ਟ੍ਰੇਲਰ ਪਾਰਕਿੰਗ ਦੇ ਅੰਦਰ ਆ ਜਾਂਦਾ ਜਾਂ ਟਾਇਰ ਅੰਦਰ ਐਂਟਰ ਹੋ ਜਾਂਦੇ ਆ। ਪੁੱਲ ਲੈ ਕੇ ਉਨਾ ਕੀ ਪੁੱਲ ਅੱਗੇ ਨੂੰ ਲੈਣਾ, ਟਰੈਕਟਰ ਨੂੰ ਸਿੱਧਾ ਕਰਨ ਦੀ ਟਰਾਈ ਨਹੀਂ ਕਰਨਾ, ਪਿੱਛੇ ਟ੍ਰੇਲਰ ਨੂੰ ਦੇਖ ਕੇ ਪੁੱਲ ਲੈਣਾ, ਜਗ੍ਹਾ ਬਣਾਉਣੀ। ਜਦੋਂ ਸ਼ੀਸ਼ਿਆਂ ਦੇ ਵਿੱਚ ਮਿਰਰਾਂ ਦੇ ਵਿੱਚ ਤੁਹਾਡੀ ਬੋਡੀ ਐਨ ਸਟਰੇਟ ਹੋ ਜਾਂਦੀ ਹੈ ਫਿਰ ਟਾਇਰ ਸਿੱਧੇ ਕਰ ਲੈਣੇ।